ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਦਾਸਪੁਰ ਵਿਖੇ ਸੇਵਾ ਸਿੰਘ ਸੇਖਵਾ ਦੇ ਹਲਕੇ ਕਾਦੀਆਂ ਚੋਣਾਂ ਦੇ ਖਾਸ ਤੇ ਅਕਾਲੀ ਟਕਸਾਲੀ ਨੇਤਾਵਾਂ ਅਤੇ SGPC ਮੈਂਬਰਾਂ ਦੇ ਨਾਲ ਨਾਲ ਕਵਲਪ੍ਰੀਤ ਸਿੰਘ ਕਾਕੀ ਨੇ ਧਾਰੀਵਾਲ ਦੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ 'ਚ ਪ੍ਰੈਸ ਕਾਨਫਰੰਸ ਕਰਕੇ ਸੇਵਾ ਸਿੰਘ ਸੇਖਵਾ ਨੂੰ ਆਇਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਬੀਤਿਆ ਹੋਇਆ ਸਮਾਂ ਯਾਦ ਦਵਾਇਆ। ਇਸ ਅਵਸਰ ਤੇ ਕਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਸੇਖਵਾ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਧਿਕਾਰ ਸਿੱਖ ਬੁੱਧੀਜੀਵਾਂ ਨੂੰ ਹੀ ਦੇਣਾ ਚਾਹੀਦਾ ਹੈ, ਲੇਕਿਨ ਸੇਖਵਾ ਸਮੇਤ ਜਿੰਨੇ ਵੀ SGPC ਮੈਂਬਰ ਹੁੰਦੇ ਹਨ ਉਹ ਸਿੱਖ ਵਿਦਵਾਨ ਹੁੰਦੇ ਨੇ, ਕਿਉਂਕਿ ਸਿੱਖ ਕੌਮ ਹੀ ਉਹਨਾਂ ਨੂੰ ਚੁਣ ਕੇ SGPC 'ਚ ਭੇਜਦੀ ਹੈ, ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਅੱਜ ਸੇਖਵਾ ਕਿਹੜੇ ਸਿੱਖ ਵਿਦਵਾਨਾਂ ਦੀ ਗੱਲ ਕਰ ਰਹੇ ਨੇ ਨਜ਼ਰ ਆ ਰਹੇ ਨੇ, ਉਹਨਾਂ ਨੂੰ ਤਾਂ ਕੁਰਸੀ ਦਾ ਲਾਲਚ ਹੀ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ, ਸਾਰੀ ਲੀਡਰਸ਼ਿਪ ਬੈਠੀ ਹੈ, ਵੀ ਇਹਨੂੰ ਬਰਖਾਸਤ ਕੀਤਾ ਜਾਵੇ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ ਸਿੱਖਾਂ ਦਾ ਚੈਨਲ ਬਣਾਇਆ ਜਾਵੇ, ਮੈਂ ਸੇਖਵਾ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬਣ ਕੇ ਜਾਂਦਾ, ਕੀ ਉਹ ਵਿਦਵਾਨ ਨਹੀਂ? ਕੀ ਉਹ ਉਹਨੂੰ ਸਿੱਖ ਇਤਿਹਾਸ ਬਾਰੇ ਕੁਛ ਨਹੀਂ ਪਤਾ? ਇਹ ਚੁਣ ਕੇ ਗਏ ਆ ਕਿ ਇਹ ਵਿਦਵਾਨ ਨਹੀਂ? ਆ ਸਾਡੇ ਗੁਰਿੰਦਰਪਾਲ ਸਿੰਘ ਗੋਰਾ ਜੀ ਬਣ ਕੇ ਗਏ ਆ ਕਿ ਇਹ ਵਿਦਵਾਨ ਨਹੀਂ? ਸਾਰੇ ਇਹ ਵਿਦਵਾਨ ਨੇ, ਜੇ ਪੰਜਾਬ ਦੇ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਇਹ ਸ਼੍ਰੋਮਣੀ ਕਮੇਟੀ ਮੈਂਬਰ ਚੁਣ ਕੇ ਭੇਜਿਆ ਤਾਂ ਵਿਦਵਾਨ ਨੇ, ਅਤੇ ਇਹਨਾਂ ਦੇ ਪੈਨਲ ਵਿੱਚੋਂ ਇਹ ਜਿਹੜਾ ਕਹਿਣਗੇ ਉਹ ਚੁਣਿਆ ਜਾਊਗਾ? ਸੇਖਵਾ ਸਾਹਿਬ ਤਾਂ ਹੁਣ ਮੈਨੂੰ ਲੱਗਦਾ ਬਖਲਾਟ 'ਚ ਆ ਕੇ ਕੋਈ ਇਹੋ ਜਿਹਾ ਬਿਆਨ ਜਿੱਦਾਂ ਜਾਂਦੇ ਆ, ਉਹਨਾਂ ਦੇ ਬਿਆਨ ਦਾ ਕੋਈ ਤੁੱਕ ਨਹੀਂ ਬਣਦਾ। ਇਸ ਪ੍ਰੈਸ ਕਾਨਫਰੰਸ 'ਚ ਮੌਜੂਦ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਜਿੰਦੜ ਨੇ ਕਿਹਾ ਕਿ ਸੇਖਵਾ ਨੇ ਕਦੇ ਵੀ ਅਕਾਲੀ ਦਲ ਦੇ ਸਿਧਾਂਤਾਂ ਦੀ ਗੱਲ ਨਹੀਂ ਆਖੀ, ਤਾਂ ਹੁਣ ਕਿਉਂ ਅਕਾਲੀ ਦਲ ਦੇ ਖਿਲਾਫ ਬਗਾਵਤੀ ਸੁਰ ਉੱਚੇ ਕਰਕੇ ਪਾਰਟੀ ਦੀ ਪਿੱਠ ਤੇ ਵਾਰ ਕਰ ਰਹੇ ਨੇ? ਸਾਡੇ ਵੀ ਸਾਰਿਆਂ ਦੇ ਦਿਮਾਗ 'ਚ ਇਹੀ ਗੱਲ ਹੈ ਕਿ ਜਦੋਂ ਜਥੇਦਾਰੀਆਂ ਭੋਗੀਆਂ, ਜਦੋਂ ਹਾਰੇ ਹੋਏ, ਕੈਬਨਿਟ ਰੈਂਕ ਹੰਢਾਏ, ਉਦੋਂ ਕਿਉਂ ਨਹੀਂ ਯਾਦ ਆਈ ਇਹਨਾਂ ਨੂੰ? ਅੱਜ ਯਾਦ ਕਿਉਂ ਆ ਗਈ ਹੈ? ਜਦੋਂ ਵਜ਼ੀਰੀਆਂ ਹੰਢਾ ਰਹੇ ਸੀ, ਜਦੋਂ ਕਹਿੰਦੇ ਸੀਗੇ ਕਿ ਮੈਨੂੰ ਹਾਰੇ ਹੋਏ ਨੂੰ ਝੰਡੀਆਂ ਲੱਗੀਆਂ ਨੇ, ਮੇਰੀ ਕੋਈ ਹਵਾ ਵੱਲ ਨਹੀਂ ਵੇਖ ਸਕਦਾ, ਮੈਨੂੰ ਅੱਜ ਹੈਰਾਨਗੀ ਹੁੰਦੀ ਹੈ ਇਸ ਗੱਲ ਤੋਂ। ਅਸੀਂ ਸਾਰੇ ਇਹੀ ਅੱਜ ਉਹਨਾਂ ਕੋਲ ਜਵਾਬ ਮੰਗਦੇ ਹਾਂ ਕਿ ਅੱਜ ਕੀ ਗੱਲ ਹੋ ਗਈ, ਅੱਜ ਕਿਉਂ ਤੁਸੀਂ ਆਵਾਜ਼ ਉਠਾਈ, ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਕਿ ਬੋਲਣਾ ਉਹਨਾਂ ਨੂੰ ਉਦੋਂ ਚਾਹੀਦਾ ਸੀ? ਜੇ ਇਹੀ ਗੱਲ ਉਹਨਾਂ ਨੇ ਅੱਜ ਤੋਂ ਕੋਈ 3 ਸਾਲ ਪਹਿਲਾਂ ਕਹੀ ਹੁੰਦੀ ਤਾਂ ਅਸੀਂ ਸਾਰੇ ਉਹਨਾਂ ਦੇ ਨਾਲ ਖਲੋਂਦੇ ਕਿ ਇਹਨਾਂ ਨੇ ਇਹ ਵੱਡੀਆਂ ਜ਼ਿੰਮੇਵਾਰੀਆਂ ਛੱਡ ਕੇ ਅਤੇ ਇਸ ਪੰਥ ਦੇ ਹਮਦਰਦੀ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਹਮਦਰਦੀ ਵਾਲੀ ਗੱਲ ਹੈ, ਜੇ ਹਮਦਰਦੀ ਵਾਲੀ ਗੱਲ ਹੁੰਦੀ ਤਾਂ ਉਦੋਂ ਆਵਾਜ਼ ਉਠਾਉਂਦੇ। ਸੀਨੀਅਰ ਨੇਤਾ ਸੁਖਬੀਰ ਸਿੰਘ ਵਾਲਾ ਨੇ ਕਿਹਾ ਕਿ ਪਿਛਲੇ 4 ਮਹੀਨੇ ਪਹਿਲਾਂ ਵਿਦੇਸ਼ ਜਾ ਕੇ ਆਏ ਸੇਵਾ ਸਿੰਘ ਸੇਖਵਾ ਦੀ ਵਿਦੇਸ਼ 'ਚ ਆਤੰਕਵਾਦੀਆਂ ਨਾਲ ਬੈਠਕ ਹੋਈ ਸੀ, ਜਿਨ੍ਹਾਂ ਦੇ ਕਹਿਣ 'ਤੇ ਸੇਖਵਾ ਇਹ ਸਭ ਕੁਝ ਕਰ ਰਹੇ ਨੇ ਅਤੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਮੌਕੇ SGPC ਮੈਂਬਰ ਰਤਨ ਸਿੰਘ ਜਫਰਵਾਲ ਨੇ ਕਿਹਾ ਕਿ ਸੇਖਵਾ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਫਾਇਦਾ ਲੈਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਨੇ। ਮੈਂ ਸਮਝਦਾ ਕਿ ਪਾਰਟੀ ਦੇ ਆਪਣੇ ਜਿਹੜੇ ਸਿਧਾਂਤ ਨੇ, ਸਾਰੀ ਪਾਰਟੀ ਸਿਧਾਂਤਾਂ 'ਤੇ ਕਾਇਮ ਆ, ਸਿਰਫ ਇੱਕ ਸੇਵਾ ਸਿੰਘ ਸੇਖਵਾ ਹੀ ਆਪਣੇ ਸਿਧਾਂਤਾਂ ਤੋਂ ਭਟਕੇ ਨੇ। ਮੈਂ ਸਮਝਦਾ ਕਿ ਸਰਦਾਰ ਸੇਵਾ ਸਿੰਘ ਸੇਖਵਾ 3-4 ਮਹੀਨੇ ਵਿਦੇਸ਼ 'ਚ ਲਾ ਕੇ ਆਏ ਨੇ, ਉੱਥੇ ਇਹਦੀ ਗਰਮਦਲੀਆਂ ਨਾਲ ਮੀਟਿੰਗਾਂ ਹੋਈਆਂ ਨੇ, ਅੱਤਵਾਦੀਆਂ ਨਾਲ ਇਹਦੀਆਂ ਮੀਟਿੰਗਾਂ ਹੋਈਆਂ ਨੇ, ਇਹਦੀਆਂ ਅੱਤਵਾਦੀਆਂ ਨਾਲ ਗਤੀਵਿਧੀਆਂ ਚੱਲੀਆਂ ਨੇ। ਮੈਂ ਸਮਝਦਾ ਕਿ ਉਹਨਾਂ ਦੇ ਢਹੇ ਚੜ ਕੇ ਜੋ ਇਹ ਅੱਜ ਪਾਰਟੀ ਦੇ ਖਿਲਾਫ਼ ਬਗਾਵਤ ਕਰ ਰਿਹਾ ਵਾ, ਪਾਰਟੀ ਦੇ ਪ੍ਰਧਾਨ ਦੇ ਖਿਲਾਫ਼ ਬੋਲ ਰਿਹਾ, ਮੈਂ ਸਮਝਦਾ ਕਿ ਇਹ ਸਾਰੀ ਪਾਰਟੀ ਨੂੰ ਇਹਦੇ ਖਿਲਾਫ਼ ਬੋਲਣਾ ਚਾਹੀਦਾ ਕਿ ਜਿਹੜਾ ਏਡੇ ਏਡੇ ਵੱਡੇ ਅਹੁਦੇ ਹੰਢਾ ਕੇ ਪਾਰਟੀ ਨਾਲ ਗੱਦਾਰੀ ਕਰਨ ਦੀ ਗੱਲ ਕਰ ਰਿਹਾ। ਮੈਂ ਸਮਝਦਾ ਕਿ ਇਹਦੇ ਨਾਲੋਂ ਇਹਦੇ ਲਈ ਸ਼ਰਮ ਵਾਲੀ ਗੱਲ ਕੋਈ ਨਹੀਂ। ਗੁਰਦਾਸਪੁਰ ਤੋਂ ਸੁਖਬੀਰ ਸੋਖੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।